ਜੀ ਬਿਨ ਸਤਿਗੁਰ ਕੋ ਮੁਕਤ ਨ ਪਾਵੈ। ਹਾਂ ਜੀ ਬਿਨ ਸਤਿਗੁਰ ਕੋ ਮੁਕਤ ਨ ਪਾਵੈ, 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 ਬਿਨ ਸਤਿਗੁਰ ਕੋ ਸਭ ਸੋਧੇ ਸਭ ਏਕਾ ਬਾਤ ਪੁਕਾਰੀ, ਬਿਨ ਗੁਰਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ, ਤਰੈ ਗੁਣ ਵਖਾਣੈ ਭਰਮ ਨ ਜਾਏ, ਬੰਧਨ ਨਾ ਟੁੱਟੈ, ਮੁਕਤ ਨ ਪਾਵੈ, ਮੁਕਤ ਦਾਤਾ ਸਤਿਗੁਰ ਜਗ ਮਾਹੀ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਪਾਈ, ਜਿਉ ਮਛਲੀ ਪਾਤੀ ਜਮ ਜਾਲ, ਬਿਨ ਗੁਰ ਦਾਤੇ ਮੁਕਤ ਨਾ ਪਾਲ, ਜੀ ਸਤਿਗੁਰ ਬਾਜਾ ਮੁਕਤ ਕਨੇਹੀ, ਓ ਆਦਿ ਜੁਗਾਦੀ ਰਾਮ ਸੁਨੇਹੀ, ਦਰਗਾਹ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗਣ ਕੀ ਨਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਗੁਰ ਬਿਨ ਮੋਖ ਮੁਕਤ ਕਿਉਂ ਪਾਈਐ, ਬਿਨ ਗੁਰ ਰਾਮ ਨਾਮ ਕਿਉਂ ਧਿਆਈਐ, ਗੁਰਮਤਿ ਲੇਹੁ ਤਰਹੁ ਭਵ ਦੁਤਰ,
ਮੁਕਤ ਪਏ ਸੁਖ ਪਾਇਆ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਓ ਮਨ ਬ੍ਰਿਤੀ ਨੂੰ ਹੋਰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰਮੁਖੋ ਅੱਜ ਕੱਲ੍ਹ ਦੇ ਵਿਗਿਆਨੀ ਪੱਛਮ ਦੇ ਲੋਕ ਸਿਆਣੇ ਬੁੱਧੀ ਜੀਵ ਸਮੇਂ ਨੂੰ ਇੱਕ ਰੇਖਾ ਦੇ ਰੂਪ ਵਿੱਚ ਦੇਖਦੇ ਨੇ ਇੱਕ ਰੇਖਾ ਸਿੱਧੀ ਲੈਣ ਦੇ ਰੂਪ ਵਿੱਚ ਕਿੰਨੇ ਤੋਂ ਸਮਾਂ ਸ਼ੁਰੂ ਹੋਇਆ 2022 ਸਾਲ ਆ ਗਿਆ ਇੱਕ ਰੇਖਾ ਦੇ ਰੂਪ ਵਿੱਚ ਮੰਨਿਆ ਜਾਂਦਾ ਸਿਲਸਿਲੇਵਾਰ ਪਰ ਅਧਿਆਤਮਵਾਦ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚ ਸਮੇਂ ਨੂੰ ਇੱਕ ਚੱਕਰ ਦੇ ਰੂਪ ਵਿੱਚ ਦਰਸਾਇਆ ਨਾ ਕਿ ਰੇਖਾ ਦੇ ਰੂਪ ਵਿੱਚ ਸਮੇਂ ਨੂੰ ਚੱਕਰ ਮੰਨਿਆ ਗਿਆ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਫਿਰ ਸਤਯੁਗ ਜਿਵੇਂ 84 ਦਾ ਚੱਕਰ ਮੁੜ ਮੁੜ ਕੇ ਦੁਬਾਰਾ ਗੁਰਮੁਖੋ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਹੈ ਜਿਹੜਾ ਕਦੇ ਇਤਿਹਾਸ ਅੱਜ ਅਸੀਂ ਗੁਰਮੁਖੋ ਜਿਸ ਦਿਨ ਨੂੰ ਮੱਦੇ ਨਜ਼ਰ ਰੱਖ ਕੇ ਅੱਜ ਦੀ ਇਕੱਤਰਤਾ ਜਿਸ ਨੂੰ ਸਮਰਪਿਤ ਹੈ ਉਹ ਰਮਾਇਣ ਦਾ ਇਤਿਹਾਸ ਉਸ ਰਮਾਇਣ ਦੇ ਇਤਿਹਾਸ ਵਿੱਚ ਸਿਰਜੇ ਗਏ ਪਾਤਰ ਪਾਤਰਾਂ ਦੇ ਗੁਣ ਔਗਣ ਜਿਹੜੇ ਵੀ ਗੁਰਮੁਖੋ ਕਿਰਦਾਰ ਸਨ ਅੱਜ ਕੱਲ ਵੀ ਕਿਤੇ ਨਾ ਕਿਤੇ ਉਹ ਘਟਨਾਵਾਂ ਸਾਡੇ ਨਾਲ ਘਟਦੀਆਂ ਉਹ ਸਮਾਂ ਕਦੇ ਨਾ ਕਦੇ ਗੁਰਮੁਖੋ ਆਉਂਦਾ ਤੇ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਇਤਿਹਾਸ ਲਿਖਿਆ ਕਿ ਉਹ ਜਿਹੜਾ ਸਮਾਂ ਸੀ ਉਹ ਜਿਹੜੀਆਂ ਘਟਨਾਵਾਂ ਸੀ ਭਾਵੇਂ ਗੁਣ ਸਨ ਕਿਸੇ ਵਿੱਚ ਭਾਵੇਂ ਔਗਣ ਸਨ ਭਾਵੇਂ ਚੰਗਿਆਈਆਂ ਸੀ ਭਾਵੇਂ ਬੁਰਿਆਈਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਹੀ ਸਾਨੂੰ ਕਿਤੇ ਨਾ ਕਿਤੇ ਸਿੱਖਿਆ ਦੇ ਕੇ ਜਾਂਦੀਆਂ ਅੱਜ ਵੀ ਸਾਡੇ ਜੀਵਨ ਵਿੱਚ ਉਦਾਂ ਦੇ ਉਦਾਂ ਹੀ ਗੁਰਮੁਖੋ ਉਹ ਪੱਖ ਸਾਰਥਕ ਹਨ ਜਿਹੜੇ ਉਦੋਂ ਕਦੇ ਨਾ ਕਦੇ ਘਟਨਾ ਕ੍ਰਮ ਹੋਏ ਜੋ ਜੋ ਉਦੋਂ ਬੀਤਿਆ ਤੇ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਉਸ ਇਤਿਹਾਸ ਨੂੰ ਦਰਜ ਕੀਤਾ ਤਾਂ ਕਿ ਸਾਡਾ ਜੀਵਨ ਅੱਜ ਵੀ ਸੁਖਮਈ ਬਣ ਸਕੇ ਬੀਤੇ ਹੋਏ ਇਤਿਹਾਸ ਤੋਂ ਅਸੀਂ ਕੁਝ ਸਿੱਖਿਆ ਲੈ ਸਕੀਏ ਹਰ ਇੱਕ ਪਾਤਰ ਦੇ ਵੱਖੋ ਵੱਖਰੇ ਗੁਣ ਸਨ ਵੱਖੋ ਵੱਖਰਾ ਉਹਨਾਂ ਦਾ ਕਿਰਦਾਰ ਸੀ ਵੱਖੋ ਵੱਖਰਾ ਰੂਪ ਸੀ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਹਨ ਜੋ ਗੁਰਮੁਖੋ ਰਮਾਇਣ ਦਾ ਪੱਖ ਮਹਾਰਾਜ ਨੇ ਪੇਸ਼ ਕੀਤਾ ਲੰਕਾ ਦੇ ਬਾਅਦ ਭਗਵਾਨ ਰਾਮ ਚੰਦਰ ਜੀ ਆ ਗਏ ਨੇ ਬੇਸ਼ੁਮਾਰ ਬਾਨਰਾਂ ਦੀ ਸੈਨਾ ਰੁਕੀ ਹੋਈ ਹੈ ਰਥਾਂ ਦੇ ਉੱਤੇ ਯੋਧੇ ਜਿਹੜੇ ਸਵਾਰ ਨੇ ਕਮਰ ਕੱਸੇ ਲਾਏ ਨੇ ਸ਼ਸਤਰ ਤਿਆਰ ਹਨ ਤਲਵਾਰਾਂ ਹੱਥਾਂ ਵਿੱਚ ਸੂਤੀਆਂ ਹੋਈਆਂ ਨਗਾਰੇ ਤੇ ਬਸ ਚੋਟ ਲੱਗਣ ਹੀ ਵਾਲੀ ਹੈ ਸੰਖਾਂ ਦੇ ਵਿੱਚ ਹਵਾ ਫੂਕੀ ਜਾਣੀ ਹੈ ਆਦੇਸ਼ ਮਿਲਣਾ ਤੇ ਜੰਗ ਜਿਹੜਾ ਉਹ ਸ਼ੁਰੂ ਹੋ ਜਾਏਗਾ ਇੱਕ ਬੰਨੇ ਭਗਵਾਨ ਰਾਮ ਚੰਦਰ ਜੀ ਹਨ ਲਕਸ਼ਮਣ ਨਾਲ ਹੈ ਬਬੀਖਣ ਵੀ ਨਾਲ ਖਲੋਤਾ ਹੋਇਆ ਮਹਾਰਾਜ ਦੇ ਜਿਹੜਾ ਕੱਲੀ ਕੱਲੀ ਜਾਣਕਾਰੀ ਸਤਿਗੁਰਾਂ ਨੂੰ ਦਿੰਦਾ ਪਿਆ
ਗੁਰਮੁਖੋ ਵੇਖੋ ਸਮੇਂ ਦਾ ਚੱਕਰ, ਕਦੇ ਉਹ ਸਮਾਂ ਸੀ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਨੂੰ ਤਿਲਕ ਲਗਾਇਆ ਜਾਣਾ ਸੀ। ਦਸ਼ਰਥ ਨੇ ਆਖਿਆ ਕਿ ਮੈਂ ਹੁਣ ਬੁੱਢਾ ਹੋ ਗਿਆ, ਜੰਗਲਾਂ ਨੂੰ ਚਲਾ ਜਾਵਾਂਗਾ, ਬੰਦਗੀ ਕਰਾਂਗਾ, ਭਗਤੀ ਕਰਾਂਗਾ, ਨਾਮ ਜਪਾਂਗਾ, ਆਪਣੇ ਬੇਟੇ ਨੂੰ ਰਾਜ ਭਾਗ ਮੈਂ ਦੇ ਦੇਣਾ। ਸੋਹਣੇ ਕੱਪੜੇ ਪਾਏ ਗਏ, ਜਲ ਲਿਆਂਦਾ ਗਿਆ, ਮੰਤਰ ਪੜੇ ਗਏ, ਸੰਖ ਨਾਦ ਵਜਾਏ ਗਏ, ਸਾਰੀ ਤਿਆਰੀ ਕੀਤੀ ਗਈ। ਪਰ ਸਮੇਂ ਦਾ ਚੱਕਰ ਦੇਖੋ, ਕੇਕਈ ਨੇ ਆ ਕੇ ਦਸ਼ਰਥ ਨੂੰ ਆਖਿਆ, ਮੇਰੀ ਕਹੀ ਹੋਈ ਗੱਲ ਯਾਦ ਹੈ? ਕਹਿੰਦਾ, ਕਿਹੜੀ ਗੱਲ? ਮਹਾਰਾਜ, ਮੈਨੂੰ ਵਚਨ ਦੇਣ ਦਾ ਤੁਸੀਂ ਵਾਅਦਾ ਕੀਤਾ ਸੀ। ਉਹ ਕਹਿੰਦਾ, ਹਾਂ ਜਾਦਾ ਮੈਂ ਕਿਵੇਂ ਭੁੱਲ ਸਕਦਾ, ਤੇ ਮੈਨੂੰ ਅੱਜ ਵਰ ਚਾਹੀਦਾ, ਮੇਰੇ ਪੁੱਤਰ ਨੂੰ ਰਾਜ ਮਿਲ ਜਾਏ ਤੇ ਰਾਮ ਨੂੰ ਬਨਵਾਸ ਦੇ ਦਿਓ। ਰਾਜੇ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ। ਉਸੇ ਵੇਲੇ ਜਿਵੇਂ ਸਰੀਰ ਨੇ ਪ੍ਰਾਣਾਂ ਨੂੰ ਤਿਆਗ ਦਿੱਤਾ ਹੋਵੇ, ਜਿਵੇਂ ਧੜਕਣ ਚੱਲਦੀ ਚੱਲਦੀ ਰੁਕ ਗਈ। ਰਾਜਾ ਕਹਿੰਦਾ, ਇਹ ਕੀ ਲੋੜਾ ਮਾਰਨ ਲੱਗੀ ਏ, ਤੇਰੇ ਪੁੱਤਰ ਨੂੰ ਚੱਲ ਰਾਜ ਮਿਲ ਜਾਂਦਾ, ਮੇਰੇ ਬੇਟੇ ਨੂੰ ਬਨਵਾਸ ਨਾ ਕਰ, ਬੜਾ ਪਿਆਰ ਮੇਰਾ ਉਹਦੇ ਨਾਲ, ਮੈਨੂੰ ਇੱਕੋ ਜਿਹੇ ਨੇ ਧੀਆਂ ਪੁੱਤਰ ਸਾਰੇ। ਰਾਣੀ ਮੋਹ ਦੇ ਵਸ ਹੋਈ ਹੋਈ, ਈਰਖਾ ਦੇ ਨਾਲ ਭਰੀ ਹੋਈ, ਗੁਰਮੁਖੋ ਕਹਿਣ ਲੱਗੀ, ਨਹੀਂ ਮੈਨੂੰ ਇਹੀ ਵਰ ਚਾਹੀਦੇ ਆ। ਦੇਖੋ ਬੰਦਾ ਈਰਖਾ ਵਿੱਚ ਆ ਕੇ ਕਿਵੇਂ ਇਤਿਹਾਸ ਦੇ ਪੱਤਰੇ ਹੀ ਅਧਿਆਏ ਹੀ ਬਦਲ ਸਕਦਾ, ਕਿਸ ਤਰੀਕੇ ਨਾਲ ਜੀਵਨ ਬਦਲ ਜਾਂਦੇ ਨੇ। ਇੱਕ ਬੰਦੇ ਦੀ ਈਰਖਾ, ਉਹਦੇ ਮਨ ਦਾ ਗੁਰਮੁਖੋ ਮੋਹ ਵਸ ਹੋ ਕੇ ਆਪਣੇ ਪੁੱਤਰ ਲਈ ਰਾਜ ਮੰਗਣਾ, ਜਿਹਨੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਰਾਜਾ ਸੀ, ਪਾਵਰ ਸੀ, ਪਰ ਉਹਨਾਂ ਆਖਿਆ ਕਿ ਜਾਣ ਜਾਂਦੀ ਤੇ ਚਲੀ ਜਾਵੇ, ਮੈਂ ਆਪਣਾ ਵਚਨ ਨਹੀਂ ਤਿਆਗ ਸਕਦਾ। ਗੁਰਮੁਖੋ ਵੇਖੋ, ਇਹ ਦੂਜਾ ਪੱਖ ਹੈ। ਦਸ਼ਰਥ ਨੇ ਆਪਣਾ ਵਚਨ ਨਿਭਾਇਆ, ਆਪਣੇ ਵਚਨ ਤੋਂ ਉਸਨੇ ਨਾ ਫੇਰਿਆ। ਕਹਿੰਦਾ, ਮੈਂ ਤੈਨੂੰ ਜਿਹੜੀ ਜ਼ਬਾਨ ਦਿੱਤੀ ਹੈ, ਇਹ ਰਘੂਕੁਲ ਦੀ ਰੀਤ ਹੈ, ਪ੍ਰਾਣ ਜਾਂਦੇ ਤੇ ਚਲੇ ਜਾਣ, ਮੇਰਾ ਬਚਨ ਜਿਹੜਾ ਉਹ ਨਹੀਂ ਮੈਂ ਉਹਦੇ ਤੋਂ ਟਲ ਸਕਦਾ। ਭਗਵਾਨ ਰਾਮ ਨੂੰ ਬਨਵਾਸ ਦਿੱਤਾ ਗਿਆ। ਮਾਂ ਕੋਲ ਆ ਕੇ ਨਮਸਕਾਰ ਕੀਤੀ, ਮਾਂ ਨੂੰ ਮੱਥਾ ਟੇਕਿਆ, ਮਾਤਾ ਮੈਨੂੰ ਆਗਿਆ ਦੇ, ਦਹੀਂ ਖਵਾ ਕੇ ਟਿੱਕਾ ਲਗਾ, ਮੈਂ ਬਨਵਾਸ ਨੂੰ ਚੱਲਿਆ, ਪਿਤਾ ਦਾ ਬਚਨ ਮੰਨਣਾ। ਤੇ ਗੁਰਮੁਖੋ ਵੇਖੋ, ਭਗਵਾਨ ਰਾਮ ਜੀ ਦਾ ਜੀਵਨ ਕਿਰਦਾਰ, ਇੱਕ ਪੁੱਤਰ ਦਾ ਧਰਮ ਕੀ ਹੁੰਦਾ, ਸੱਤ ਬਚਨ ਕਹਿ ਕੇ ਪਿਤਾ ਦਾ ਬਚਨ ਜਿਹੜਾ ਸੀਸ ਝੁਕਾ ਕੇ ਮੰਨਿਆ। ਦੂਜਾ ਸ਼ਾਸਤਰਾਂ ਵਿੱਚ ਲਿਖਿਆ, ਵੇਖੋ ਭਗਵਾਨ ਰਾਮ ਚੰਦਰ ਜੀ ਨੇ ਧਰਮ ਨੂੰ ਰੱਖ ਲਿਆ ਤੇ ਰਾਜ ਭਾਗ ਨੂੰ ਛੱਡ ਦਿੱਤਾ। ਧਰਮ ਤੋਂ ਉੱਤਰ ਉੱਤੇ ਕੋਈ ਵੀ ਦੁਨੀਆਂ ਦੀ ਚੀਜ਼ ਨਾ ਜਾਣੀ, ਧਰਮ ਨੂੰ ਸਰਬ ਸ਼੍ਰੋਮਣੀ ਮੰਨਿਆ। ਮਾਂ ਨੇ ਆਖਿਆ, ਬੇਟਾ ਜੇ ਤੇਰੇ ਪਿਤਾ ਨੇ ਹੁਕਮ ਦਿੱਤਾ ਜੰਗਲਾਂ ਨੂੰ ਜਾਣ ਦਾ, ਮੈਂ ਮਾਂ ਆਖਦੀ ਆ ਨਾ ਜਾ। ਭਗਵਾਨ ਰਾਮ ਨੇ ਉਸੇ ਵੇਲੇ ਆਖਿਆ, ਮਾਤਾ ਤੇਰਾ ਬਚਨ ਤੇ ਮੰਨ ਲਾਂ, ਪਰ ਤੇਰੇ ਪਤੀ ਦਾ ਬਚਨ ਨਹੀਂ ਮੰਨਿਆ ਜਾਣਾ। ਮਾਂ ਚੁੱਪ ਕਰ ਗਈ। ਗੁਰਮੁਖੋ ਦੇਖੋ, ਇੱਥੇ ਮਾਂ ਦਾ ਭਾਵੇਂ ਮੋਹ ਸੀ, ਪਰ ਮਾਂ ਨੇ ਧਰਮ ਨੂੰ ਸਭ ਤੋਂ ਉੱਚਾ ਜਾਣਿਆ। ਭਗਵਾਨ ਰਾਮ ਚੰਦਰ ਨੇ ਬਨਵਾਸ ਨੂੰ ਜਾਣ ਦੀ ਤਿਆਰੀ ਕਰ ਲਈ। ਦਸਮ ਪਾਤਸ਼ਾਹ ਮਹਾਰਾਜ ਦਸਮ ਗ੍ਰੰਥ ਵਿੱਚ ਲਿਖਦੇ ਨੇ ਕਿ ਜਦੋਂ ਮਹਾਰਾਜ ਜਾਣ ਲੱਗੇ ਤੇ ਸੀਤਾ ਨੂੰ ਕਹਿੰਦੇ ਕਿ ਚੰਗਾ ਫਿਰ ਮੈਂ ਬਨਵਾਸ ਚੱਲਿਆ, ਮੈਨੂੰ ਹੁਕਮ ਹੋਇਆ, ਬਚਨ ਹੋਇਆ ਪਿਤਾ ਦਾ, ਤੂੰ ਮਾਤਾ ਦੇ ਕੋਲ ਰਹਿ, ਨਹੀਂ ਤੇ ਤੈਨੂੰ ਮੈਂ ਤੇਰੇ ਘਰ ਛੱਡ ਆਉਣਾ,
ਤੇ ਗੁਰਮੁਖੋ ਚਰਨਾਂ ਨਾਲ ਲਿਪਟ ਗਏ ਮਾਤਾ ਸੀਤਾ ਜੀ। ਮਹਾਰਾਜ ਇਹ ਕਿੱਦਾਂ ਦਾ ਵਚਨ ਕੀਤਾ ਜੇ, ਮੈਂ ਤੁਹਾਡੇ ਦਰਸ਼ਨਾਂ ਦੀ ਪਿਆਸੀ, ਤੁਹਾਡੇ ਚਰਨਾਂ ਦੀ ਦਾਸੀ, ਦੁੱਖ ਝੱਲ ਸਕਦੀਆਂ, ਮਰ ਸਕਦੀਆਂ, ਤਕਲੀਫਾਂ ਸਹਿ ਸਕਦੀਆਂ, ਸੂਲ ਸਹਾ ਤਨ ਸੁਖ ਰਹਾ, ਪਰਸੀ ਨ ਕਹਾ ਸਿਰ ਸੂਲ ਸਹਾਂਗੀ, ਬਾਗ ਬੁਕਾਰ ਪਨੀਨ ਬੁਕਾਰ, ਸੋ ਸੀਸ ਗਿਰੋ ਪਰਸੀ ਨ ਕਹਾਂਗੀ, ਬਾਸ ਕਹਾਂ ਬਨ ਬਾਸ ਪਲੋ, ਨਹੀਂ ਪਾਸ ਤਜੋ ਪੀਆ ਪਾਏ ਗਹਾਂਗੀ, ਹਾਸ ਕਹਾਂ ਇਹ ਉਦਾਸ ਸਮੈ, ਗ੍ਰਹ ਆਸ ਰਹੋ ਪਰ ਮੈਂ ਨਾ ਰਹਾਂਗੀ। ਇੱਕ ਪਤੀਵ੍ਰਤਾ ਧਰਮ ਦਾ ਸਬੂਤ ਦਿੱਤਾ ਮਾਤਾ ਜੀ ਨੇ, ਤੇ ਗੁਰਬਾਣੀ ਵਿੱਚ ਵੀ ਮਹਾਰਾਜ ਪਰਮਾਉਂਦੇ ਨੇ, ਜਿਨ੍ਹਾਂ ਨਾਉ ਸੁਹਾਗਨੀ ਤਿੰਨਾਂ ਝਾਕ ਨਾ ਹੋਰ, ਦੁਨੀਆਂ ਦੇ ਸੁੱਖਾਂ ਦੀ ਉਹਨਾਂ ਨੂੰ ਝਾਕ ਨਹੀਂ, ਦੁਨੀਆਂ ਦੇ ਕਿਸੇ ਆਰਾਮ ਦੀ ਲੋੜ ਨਹੀਂ। ਇੱਕੋ ਹੀ ਅਰਜ ਕੀਤੀ ਮਹਾਰਾਜ ਸੱਚੇ ਪਾਤਸ਼ਾਹ, ਉਹ ਕਹਿੰਦੀ ਦਰਸ਼ਨ ਬਿਨ ਜੀਵਾਨਾ, ਮੈਂ ਪ੍ਰੀਤਮ ਪਿਆਰੇ ਦੇ ਦਰਸ਼ਨ ਬਿਨ ਕਿਰਦਾਰ ਹਨ। ਇੱਕ ਬੇਟੇ ਦਾ ਕਿਰਦਾਰ ਧਰਮ ਕੀ ਹੁੰਦਾ, ਇੱਕ ਮਾਂ ਕਿੱਦਾਂ ਆਪਣੇ ਰਿਸ਼ਤਿਆਂ ਦੀ ਕੁਰਬਾਨੀ ਦੇ ਦਿੰਦੀ ਹੈ ਧਰਮ ਦੀ ਖਾਤਰ, ਇੱਕ ਪਤਨੀ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਕੇਵਲ ਤੇ ਕੇਵਲ ਆਪਣੇ ਪ੍ਰਭੂ ਪਤੀ ਦੀ ਭਗਤੀ ਤੇ ਪ੍ਰੇਮ ਲੋਚਦੀ ਏ, ਹੋਰ ਕੁਝ ਉਹਨੂੰ ਚਾਹੀਦਾ ਨਹੀਂ। ਇਹ ਰਮਾਇਣ ਦੇ ਕੁਝ ਕਿਰਦਾਰ ਨੇ ਜਿਹੜੇ ਸਾਨੂੰ ਸਿੱਖਿਆ ਗੁਰਮੁਖੋਂ ਦਿੰਦੇ ਹਨ।
ਭਗਵਾਨ ਤੁਰਨ ਲੱਗੇ ਤੇ ਲਕਸ਼ਮਣ ਨੇ ਆ ਕੇ ਚਰਨ ਪਕੜ ਲੈ ਮਹਾਰਾਜ। ਜਦੋਂ ਕਿ ਉਹਦੇ ਕੋਲ ਮੌਕਾ ਸੀ ਘਰ ਬਾਰ ਸਾਂਭਣ ਦਾ, ਆਰਾਮ ਕਰਨ ਦਾ, ਸੁਖ ਲੈਣ ਦਾ, ਪਰ ਗੁਰਮੁਖੋ ਉਹ ਸਤਿਗੁਰਾਂ ਦਾ ਸੱਚਾ ਸੇਵਕ ਸੀ। ਲਕਸ਼ਮਣ ਦੇ ਜੀਵਨ ਤੋਂ ਪਤਾ ਲੱਗਦਾ ਕਿ ਇੱਕ ਤਿਆਗੀ ਸੇਵਕ ਕਿੱਦਾਂ ਦਾ ਹੁੰਦਾ, ਇੱਕ ਸੇਵਕ ਜਿਹੜਾ ਕਿੱਦਾਂ ਤਿਆਗ ਦੇ ਨਾਲ ਪੂਰਨਤਾ ਨੂੰ ਪ੍ਰਾਪਤ ਕਰਦਾ। ਮਹਾਰਾਜ ਮੈਂ ਦੁਨੀਆ ਦੇ ਸਾਰੇ ਸੁੱਖ ਤੇਰੇ ਚਰਨਾਂ ਤੋਂ ਕੁਰਬਾਨ ਕਰ ਦਿੱਤੇ, ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ, ਤੇਰੇ ਚਰਨਾਂ ਦੀ ਮੌਤ ਚਾਹੀਦੀ। ਆ ਗਏ ਜੰਗਲਾਂ ਨੂੰ, ਸਾਰਾ ਪਿੰਡ ਰੋਇਆ, ਮਗਰੋਂ ਭਰਤ ਨੂੰ ਪਤਾ ਲੱਗਾ, ਦੁਖੀ ਹੁੰਦਾ ਹੋਇਆ ਦੌੜਦਾ ਭੱਜਦਾ ਪੱਗ ਲੈ ਗਈ। ਹਨੂਮਾਨ ਨਾਟਕ ਵਿੱਚ ਲਿਖਿਆ ਵਾਲ ਗਲ ਵਿੱਚ ਪੈ ਗਏ। ਭਗਵਾਨ ਰਾਮ ਨੂੰ ਆ ਮਿਲਿਆ। ਭਗਵਾਨ ਰਾਮ ਨੇ ਆਖਿਆ ਬੇਟਾ ਕਰ ਜਾ ਰਾਜ ਭਾਗ, ਕਰ ਧਰਮ ਨਿਭਾ, ਮੈਂ ਆਪਣਾ ਧਰਮ ਨਿਭਾਉਣਾ, ਤੂੰ ਆਪਣਾ ਧਰਮ ਨਿਭਾ। ਨਹੀਂ ਸੱਚੇ ਪਾਤਸ਼ਾਹ, ਤੇਰੇ ਬਿਨਾਂ ਕਾਹਦਾ ਜੀਵਨ ਹੈ। ਸਤਿਗੁਰਾਂ ਨੇ ਮਨਾਇਆ, ਪਿਤਾ ਦਾ ਬਚਨ ਪਾਲਣਾ ਹੈ, ਮੈਂ 14 ਸਾਲਾਂ ਬਾਅਦ ਤੇਰੇ ਕੋਲ ਆ ਜਾਵਾਂਗਾ। ਸਤਿਗੁਰਾਂ ਨੇ ਵਾਲ ਬੱਧੇ, ਜੂੜਾ ਕੀਤਾ, ਸਿਰ ਤੇ ਪੱਗ ਬੱਧੀ ਤੇ ਗੁਰਮੁਖੋ ਸਤਿਗੁਰਾਂ ਸਿੱਖਿਆ ਦਿੱਤੀ। ਕਵੀ ਹਿਰਦੇ ਰਾਮ ਲਿਖਦੇ ਨੇ, ਨੀਰ ਸੋਨਾ ਨੀਚ ਸੋਨਾ ਪ੍ਰੀਤ ਕੀ ਜੋ ਕੁੱਲ ਕੋ ਨਾ ਛਾੜ ਦੀ ਜੋ। ਨੀਚ ਬੰਦੇ ਨਾ ਕਦੇ ਪਿਆਰ ਨਾ ਕਰੀ, ਕੁੱਲ ਦੇ ਧਰਮ ਨੂੰ ਕਦੇ ਨਾ ਤਿਆਗੀ। ਵੀਰ ਸੁਣ ਲੋਭ ਜਿਨ ਕੀ ਜੋ ਪਰ ਨੀਰ ਕੋ ਆਣਤੀਆ ਮਾਤ ਸੋਨਾ ਬਾਤ ਕਰ ਬਾਡੈ ਧਨ ਤਿਉਂ ਤਿਉਂ ਨੀਚੈ ਹੂ ਜੋ ਆਉ ਬੁਢਈਆ ਪਰ ਪੀਰ ਕੋ। ਦੁਖੀਆਂ ਦੇ ਦੁੱਖ ਨੂੰ ਦੂਰ ਕਰੀ, ਦੂਜੀਆਂ ਔਰਤਾਂ ਨੂੰ ਆਪਣੀਆਂ ਮਾਵਾਂ ਭੈਣਾਂ ਦੇ ਬਰਾਬਰ ਸਮਝੀ। ਬੈਰਨ ਕੋ ਸੂਰ ਪੂਰ ਮੰਤਰਨ ਨਿਕਾਰ ਦੀਜੋ, ਵੈਰੀਆਂ ਨੂੰ ਸੂਲੀ ਬਣ ਕੇ ਟੱਕਰੀ, ਮਾੜੇ ਸਲਾਹਕਾਰ ਨੂੰ ਕਦੇ ਆਪਣੇ ਲਾਗੇ ਨਾ ਰੱਖੀ। ਤੇ ਵੇਖੀ ਪੀਓ ਨਾ ਆਪੈ ਦੁੱਖ ਪਰੈ ਹੂਜੋ ਪੀਰ ਕੋ, ਦਾਨ ਪਰਹੂਤ ਸੋਨਾ ਦੂਤ ਬਸ ਹੂਜੋ ਭਾਈ ਭਰਤ ਸਪੂਤ ਕਹਿਓ ਕੀਜੋ ਰਘੂਬੀਰ ਕੋ। ਇੰਦਰ ਦੇ ਵਾਂਗੂ ਦਾਨ ਕਰੀ ਇੰਦਰ ਦੇ ਵਾਂਗੂ, ਇਹ ਮੇਰੀਆਂ ਗੱਲਾਂ ਆਪਣੀ ਕੰਨੀ ਬੰਨ ਲਾ, ਇਸ ਤਰੀਕੇ ਨਾਲ ਰਾਜ ਭਾਗ ਕਰ। ਮਹਾਰਾਜ ਦੇ ਚਰਨਾਂ ਤੇ ਚੁੱਕ ਕੇ ਕਹਿੰਦਾ ਸੱਚੇ ਪਾਤਸ਼ਾਹ ਆਪਣੀਆਂ ਖੜਾਵਾਂ ਦੇ ਦਿਓ, ਮੈਂ ਤੁਹਾਡੀਆਂ ਖੜਾਵਾਂ ਸਿੰਘਾਸਨ ਤੇ ਰੱਖ ਕੇ ਆਪਣਾ ਤਨ ਮਨ ਤੇਰੇ ਚਰਨਾਂ ਤੋਂ ਵਾਰ ਕੇ। ਕਹਿੰਦਾ ਤਨ ਮਨ ਮੈਂ ਕੁਰਬਾਨ ਕਰਾਂ, ਅੱਖਾਂ ਚੋਂ ਹੰਝੂ ਜਾਂਦੇ ਨੇ। ਗੁਰਮੁਖੋਂ ਇੱਕ ਨਿਸ਼ਕਾਮ ਸੇਵਕ ਬਣ ਕੇ ਤੇ ਨਿਰਮਾਣਤਾ ਦਾ ਪੁੰਜ ਬਣ ਕੇ ਭਰਤ ਨੇ ਵਿਖਾਇਆ ਇਹ ਕਿਰਦਾਰ ਸਾਨੂੰ ਸਿੱਖਿਆ ਦੇਂਦਾ। ਜਾਂਦਾ ਹੋਇਆ ਵੈਰਾਗੀ ਹੋਇਆ ਮਨ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਆਖਦਾ ਪਿਆ ਤਨ ਮਨ ਮੈਂ ਕੁਰਬਾਨ ਕਰਾਂ।
ਤਨ ਮਨ ਮੈਂ ਕੁਰਬਾਨ ਕਰਾਂ ਤੇ ਮਾਰ ਦੇਵਾਂ ਜਿੰਦ ਕਾਨੀ ਨੂੰ ਤਨ ਮਨ ਮੈਂ ਕੁਰਬਾਨ ਕਰਾਂ ਤੇ ਮਾਰ ਦੇਵਾਂ ਜਿੰਦ ਕਾਨੀ ਨੂੰ ਤਨ ਮਨ ਮੈਂ ਕੁਰਬਾਨ ਕਰਾਂ ਤੇ ਮਾਰ ਦੇਵਾਂ ਜਿੰਦ ਕਾਨੀ ਨੂੰ ਤਨ ਮਨ ਮੈਂ ਕੁਰਬਾਨ ਕਰਾਂ ਤੇ ਮਾਰ ਦੇਵਾਂ ਜਿੰਦ ਕਾਨੀ ਨੂੰ ਇੱਕ ਨਿਸ਼ਕਾਮ ਮਨੁੱਖ ਗੁਰਮੁਖੋ ਨਿਰਮਾਣਤਾ ਦਾ ਪੁੰਜ ਪਰਤ ਤੇ ਕਿੱਦਾਂ ਉਸ ਮਨੁੱਖ ਨੂੰ ਜਸ ਮਿਲਦਾ ਕਿੱਦਾਂ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ ਜਿਹਦੇ ਮਨ ਵਿੱਚ ਏਦਾਂ ਨਿਰਮਾਣਤਾ ਆ ਜਾਏ ਜਿਹੜੀ ਇਸਤਰੀ ਪਤੀਵ੍ਰਤਾ ਧਰਮ ਦੀ ਪਾਲਣਾ ਕਰੇ ਕਿਵੇਂ ਗੁਰਮੁਖੋ ਆਕਾਸ਼ ਵਿੱਚ ਧਰੂ ਤਾਰੇ ਵਾਂਗੂ ਰੁਤਬਾ ਬੁਲੰਦ ਪ੍ਰਾਪਤ ਕਰ ਲੈਂਦੀ ਏ ਕਿਵੇਂ ਜਿਹੜਾ ਸੇਵਕ ਹੁੰਦਾ ਆਪਣਾ ਆਪਾ ਕੁਰਬਾਨ ਕਰਕੇ ਤਿਆਗੀ ਸੇਵਕ ਲਕਸ਼ਮਣ ਦਾ ਜੀਵਨ ਸਿੱਖਿਆ ਦੇ ਰਿਹਾ ਤੇ ਬਚਨ ਕਿਵੇਂ ਪਾਲਣਾ ਦਸ਼ਰਥ ਜੀ ਆਪਣਾ ਧਰਮ ਨਿਭਾ ਕੇ ਦੱਸਦੇ ਨੇ ਆਪਣੇ ਪਿਤਾ ਦੇ ਬਚਨ ਨੂੰ ਸਤ ਬਚਨ ਕਹਿ ਕੇ ਸੀਸ ਨਵਾ ਕੇ ਜੰਗਲਾਂ ਵਿੱਚ 14 ਸਾਲ ਕੱਟਣ ਨੂੰ ਤਿਆਰ ਹੋ ਗਏ ਗੁਰਮੁਖੋ ਇਹਦੇ ਤੋਂ ਵੱਡਾ ਕੋਈ ਪੁੱਤਰ ਧਰਮ ਮੈਂ ਕਹਿੰਦਾ ਦੁਨੀਆਂ ਤੇ ਨਹੀਂ ਹੋ ਸਕਦਾ ਜੰਗਲਾਂ ਵਿੱਚ ਰਹਿੰਦੇ ਨੇ ਵਸਦੇ ਨੇ ਮਨੁੱਖ ਦੇ ਮਨ ਦੀਆਂ ਵਾਸ਼ਨਾਵਾਂ ਕਿਵੇਂ ਉਸਦੇ ਜੀਵਨ ਨੂੰ ਰਸਾਤਲ ਵਿੱਚ ਧੱਕਦੀਆਂ ਦਸਵੇਂ ਪਾਤਸ਼ਾਹ ਦਸਮ ਗ੍ਰੰਥ ਵਿੱਚ ਲਿਖਦੇ ਨੇ ਸੂਪ ਨਖਾ ਨੂੰ ਪਤਾ ਲੱਗਾ ਕਿ ਜੋਗੀ ਦੋ ਆਏ ਨੇ ਬੜੇ ਸੁੰਦਰ ਨੇ ਸੂਪ ਨਖਾ ਇਹ ਭਾਂਤ ਸੁਣੀ ਜਬ ਧਾਏ ਚਲੀ ਅਬ ਲੰਬ ਉਹਨੇ ਸੁਣਿਆ ਭੱਜ ਕੇ ਆਈ ਦੌੜ ਕੇ ਆਈ ਅਵਲੰਬ ਤ੍ਰਿਆ ਤਬ ਕਾਮ ਸਰੂਪ ਕਲੇਵਰ ਜਾਣੇ ਰੂਪ ਅਨੂਪ ਤਿਹੂੰ ਪੁਰ ਮਾਨੇ ਵੇਖਿਆ ਇੰਨਾ ਸੁੰਦਰ ਰੂਪ ਇੰਨੇ ਸੁੰਦਰ ਜੋਗੀ ਭਗਵਾਨ ਰਾਮ ਮੱਲ ਗਈ ਦੌੜ ਕੇ ਭਗਵਾਨ ਰਾਮ ਚੰਦਰ ਜੀ ਨੇ ਆਖਿਆ ਮੈਂ ਤੇ ਇੱਕ ਇਸਤਰੀ ਜਤੀਆਂ ਮੇਰੀ ਪਤਨੀ ਹੈ ਉਹ ਸਾਹਮਣੇ ਲਕਸ਼ਮਣ ਹੈ ਲਕਸ਼ਮਣ ਦੇ ਕੋਲ ਗਈ ਤੇ ਲਕਸ਼ਮਣ ਜੀ ਨੇ ਆਖਿਆ ਮੈਂ ਤੇ ਆਪ ਭਗਵਾਨ ਦਾ ਸੇਵਕਾਂ ਦਾਸ ਹਾਂ ਮੇਰੇ ਵੱਲ ਨਾ ਆ ਜਦੋਂ ਤੂੰ ਭਗਵਾਨ ਰਾਮ ਵੱਲ ਮਨ ਚ ਵਾਚਨਾ ਰੱਖ ਕੇ ਗਈ ਸਾਂ ਮੈਂ ਤਾਂ ਤੈਨੂੰ ਉਦੋਂ ਦੀ ਆਪਣੀ ਮਾਤਾ ਮੰਨ ਲਿਆ ਮੇਰੇ ਵੱਲ ਨਾ ਹੁਣ ਤੂੰ ਆਈ ਫਿਰ ਭਗਵਾਨ ਰਾਮ ਵੱਲ ਗਈ ਉਹਨਾਂ ਦੁਬਾਰਾ ਲਕਸ਼ਮਣ ਵੱਲ ਘੱਲਿਆ ਗੁੱਸੇ ਵਿੱਚ ਲਕਸ਼ਮਣ ਨੇ ਆ ਕੇ ਨੱਕ ਵੱਢ ਦਿੱਤਾ ਬੁਰਿਆਈ ਦਾ ਹਮੇਸ਼ਾ ਹੀ ਨੱਕ ਵੱਢਿਆ ਜਾਂਦਾ ਜਿਹੜੀ ਬੁਰਿਆਈ ਹੁੰਦੀ ਹੈ ਨਾ ਗੁਰਮੁਖੋ ਜਿਵੇਂ ਗੁਣਾਂ ਨੂੰ ਜਸ ਮਿਲਦਾ ਸੋਭਾ ਮਿਲਦੀ ਏ ਏਦਾਂ ਬੁਰਿਆਈ ਨੂੰ ਹਮੇਸ਼ਾ ਹੀ ਦੁਨੀਆਂ ਤੇ ਆਪ ਜਸ ਮਿਲਦਾ ਕਦੇ ਜਸ ਨਹੀਂ ਮਿਲਿਆ ਸੂਪ ਨਗਾ ਇਸ ਗੱਲ ਦੀ ਹਮੇਸ਼ਾ ਹੀ ਰਹਿੰਦੀ ਦੁਨੀਆਂ ਤੱਕ ਸੂਚਕ ਰਹੇਗੀ ਆਪਣੀ ਭੈਣ ਦਾ ਇਹ ਹਾਲ ਵੇਖ ਰਾਵਣ ਬੜਾ ਵੱਡਾ ਰਾਜਾ ਸੀ ਅਮੀਰ ਸੀ ਧਨੀ ਸੀ ਵਿਦਵਾਨ ਸੀ ਦੁਨੀਆਂ ਉਹਦਾ ਲੋਹਾ ਮੰਨਦੀ ਸੀ ਕਿਵੇਂ ਬੇਇੱਜ਼ਤੀ ਸਹਾਰਦਾ ਰੂਪ ਧਾਰ ਕੇ ਸਾਧੂਆਂ ਸੰਤਾਂ ਵਾਲਾ ਬਾਣਾ ਪਾ ਕੇ ਸੀਤਾ ਮਾਤਾ ਦਾ ਹਰਨ ਕਰਕੇ ਲੈ ਗਿਆ ਭਗਵਾਨ ਰਾਮ ਲੱਭਦੇ ਫਿਰਦੇ ਨੇ ਦੂਰ ਦੂਰ ਜਾਂਦੇ ਨੇ ਤੁਰਦਿਆਂ ਤੁਰਦਿਆਂ ਹਨੂਮਾਨ ਨਾਲ ਮੇਲ ਹੋਇਆ ਹਨੂਮਾਨ ਸਗਰੀਬ ਕੋ ਲੈ ਕੇ ਗਿਆ ਤੇ ਗੁਰਮੁਖੋ ਜਾ ਕੇ ਪਤਾ ਕਰਦਿਆਂ ਕਰਦਿਆਂ ਲੱਗਾ ਕਿ ਲੰਕਾ ਦੇ ਵਿੱਚ ਹੈ ਮਾਤਾ ਸੀਤਾ ਜੀ ਸਾਰੀ ਫੌਜ ਨੂੰ ਇਕੱਤਰ ਕੀਤਾ ਗਿਆ ਭਗਵਾਨ ਰਾਮ ਚੰਦਰ ਗੁਰਮੁਖੋ ਪਹੁੰਚ ਗਏ ਪੁਲ ਬਣਾ ਕੇ ਵਾਨਰ ਸੈਨਾ ਨੂੰ ਲੈ ਕੇ ਲੰਕਾ ਦੇ ਬਾਹਰ
ਬਹੁਤ ਜ਼ਿਆਦੀ ਸੈਣਾ ਖਲੋਤੀ ਹੋਈ ਹੈ। ਮਦੋਦਰੀ ਨੂੰ ਪਤਾ ਲੱਗਾ ਭਗਵਾਨ ਰਾਮ ਆਏ ਨੇ, ਉਹਦੇ ਮਨ ਵਿੱਚ ਸ਼ਰਧਾ ਸੀ, ਭਾਵਨਾ ਸੀ। ਵੇਖੋ ਚਿੱਕੜ ਵਿੱਚ ਵੀ ਕਿਵੇਂ ਕਮਲ ਫੁੱਲ ਖਿੜਿਆ। ਉਹਨੇ ਆਖਿਆ ਆਪਣੇ ਪਤੀ ਨੂੰ, ਭਾਵੇਂ ਤੇਰੇ ਕੋਲ ਸ਼ਕਤੀ ਏ, ਤਾਕਤ ਹੈ, ਪਰ ਵੇਖ ਭਗਵਾਨ ਰਾਮ ਚੰਦਰ ਸਮੇਂ ਦੇ ਮਾਲਕ ਨੇ, ਹਾਜ਼ਰਾਂ ਹਜ਼ੂਰ ਸਤਿਗੁਰੂ ਨੇ, ਤੇ ਸਤਿਗੁਰੂ ਦੇ ਨਾਲ ਕਦੇ ਮੱਥਾ ਨਹੀਂ ਲਾਇਆ ਜਾਂਦਾ, ਨਮਸਕਾਰ ਕੀਤੀ ਜਾਂਦੀ ਏ, ਮੱਥਾ ਟੇਕਿਆ ਜਾਂਦਾ। ਤੇਰੇ ਗੁਨਾਹਾਂ ਨੂੰ ਬਖਸ਼ ਦੇਣਗੇ, ਸੀਤਾ ਨੂੰ ਦੇ ਕੇ ਮਿਲ ਪਾਏ ਦਾ ਨਾ ਕਰ। ਰਾਵਣ ਦੇ ਕੰਨ ਤੇ ਜੂਨ ਨਾ ਸਰਕੀ, ਦਸਵੇਂ ਪਾਤਸ਼ਾਹ ਦਸਮ ਗ੍ਰੰਥ ਵਿੱਚ ਲਿਖਦੇ ਮਦੋਦਰੀ ਨੇ ਫੇਰ ਆਖਿਆ, ਵੇਖ ਪਾਰ ਜਿੱਥੋਂ ਤੱਕ ਨਿਗਾਹ ਜਾਂਦੀ ਏ, ਸੈਨਾ ਹੀ ਸੈਨਾ ਨਜ਼ਰ ਆਉਂਦੀ ਏ। ਕਹਿੰਦੀ ਸੂਰ ਬੀਰਾ ਸਜੇ ਘੋਰ ਬਾਜੇ ਬਜੇ, ਬਾਜ ਕੰਤਾ ਸੁਨੇ ਰਾਮ ਆਏ, ਬਾਲ ਮਾਰਿਓ ਬਾਲੀ ਸਿੰਧ ਪਾਟਿਓ ਜਿਨੈ, ਤਾਹੇ ਸੋ ਬੈਰ ਕੈਸੇ ਰਜਾਏ। ਜਿਨ੍ਹਾਂ ਨੇ ਸਮੁੰਦਰ ਦੇ ਉੱਤੇ ਪੁਲ ਬਣਾ ਲਿਆ, ਜਿਨ੍ਹਾਂ ਨੇ ਬਾਲੀ ਨੂੰ ਮਾਰ ਦਿੱਤਾ, ਉਹਨਾਂ ਨਾਲ ਵੈਰ ਨਾ ਕਰ। ਵਿਆਦ ਜੀਤਿਓ ਜਿਨੈ ਜੰਬ ਮਾਰਿਓ ਉਨੈ, ਰਾਮ ਅਵਤਾਰ ਸੋਈ ਕਹਾਏ, ਦੇ ਮਿਲੋ ਜਾਣ ਕੀ ਜੇ ਬਾਤ ਹੈ ਸਿਆਣ ਕੀ, ਚਾਮ ਕੇ ਦਾਮ ਕਾਹੇ ਚਲਾਏ। ਰਾਵਣ ਦੇ ਮਨ ਚ ਬੜਾ ਹੰਕਾਰ ਸੀ, ਉਹ ਕੀ ਜਾਣਦਾ ਸੀ ਇਹਨਾਂ ਗੱਲਾਂ ਨੂੰ, ਕੁਝ ਕੁ ਲੋਕਾਂ ਨੂੰ। ਉਹ ਕਹਿੰਦਾ ਵਿਊਹ ਸੈਨਾ ਸਜੋ, ਕੋਰ ਬਾਜੇ ਬਜੋ, ਕੋਟ ਜੋਧਾ ਗਜੋ ਆਨ ਨੇਰੇ, ਜਿੰਨੇ ਮਰਜ਼ੀ ਆਜਣ ਤੂੰ ਪਰਵਾਹ ਨਾ ਕਰ, ਮੇਰੀਆਂ ਬਾਹਾਂ ਤੇ ਤੈਨੂੰ ਭਰੋਸਾ ਨਹੀਂ, ਮਾਨ ਨਹੀਂ। ਮੈਂ ਤੇ ਇੰਦਰ ਵਰਗੇ ਦੇਵਤੇ ਆਪਣੇ ਕੈਦੀ ਬਣਾ ਲੈ, ਮੈਂ ਤੇ ਦੇਵਤਿਆਂ ਨੂੰ ਆਪਣੇ ਪਾਣੀ ਭਰਨ ਲਾ ਲਿਆ, ਸੇਵਾ ਕਰਨ ਲਾ ਲਿਆ, ਇਹ ਦੋ ਤਿੰਨ ਜੋਗੀ ਰੂਪ ਧਾਰ ਕੇ ਭੇਖ ਬਣਾ ਕੇ ਮੇਰਾ ਕੁਝ ਨਹੀਂ ਵਿਗਾੜ ਸਕਦੇ। ਵੇਖੀ ਸਹੀ ਮੈਂ ਕਰਦਾ ਕੀ ਆਂ, ਵਿਊਹ ਸੈਨਾ ਸਜੋ, ਕੋਰ ਬਾਜੇ ਬਜੋ, ਕੋਟ ਜੋਧਾ ਗਜੋ ਆਨ ਨੇਰੇ, ਤੇ ਸਾਜ ਸੰਜੋਗ ਸੰਭੂਗ ਸੈਨਾ ਸਭ, ਆਜ ਮਾਰੋ ਤਰੇ ਦ੍ਰਿਸ਼ਟ ਤੇਰੇ। ਤੇਰੀਆਂ ਅੱਖਾਂ ਦੇ ਸਾਹਮਣੇ ਸਾਹਮਣੇ ਹੀ ਵੇਖੀ ਮੈਂ ਕਿੱਦਾਂ ਇਹਨਾਂ ਨੂੰ ਮਾਰਦਾ ਭਜਾਉਣਾ ਹਾਂ। ਇੰਦਰ ਜੀਤੋ ਕਰੋ ਜਸ ਰੀਤੋ, ਦਨੰਗ ਨਾਰ ਸੀਤਾ ਬਰੰਗ, ਜੀਤ ਜੁੱਧ ਹੈ ਸੁਰਗ ਪਾਤਾ ਲਾਕਾਸ, ਜਵਾਲਾ ਜਰੈ ਬਾਚ ਹੈ ਰਾਮ ਕਾ ਮੋਰ ਕ੍ਰੁੱਧ ਹੈ। ਉਹ ਸਵਰਗ ਪਤਾਲ ਮੈਂ ਸਾੜ ਦਿੱਤਾ ਆਪਣੀ ਕ੍ਰੋਧ ਦੀ ਅੱਗ ਦੇ ਨਾਲ, ਇਹ ਰਾਮ ਕਿਵੇਂ ਬਚ ਸਕਦਾ ਮੇਰੇ ਕੋਲੋਂ, ਤੂੰ ਕਿਉਂ ਭੋਲੀਆਂ ਗੱਲਾਂ ਕਰਦੀ। ਕਹਿੰਦੀ ਤਾਰਕਾ ਜਾਤ ਹੀ ਕਾਤ ਕੀਨੀ ਜਿਨੈ, ਔਰ ਸਵਾਬਾਹੂ ਮਾਰੀ ਚ ਮਾਰੇ, ਤੇ ਬਿਆਦ ਬਦਿਓ ਖਰੰਗ ਦੁਖ ਨੰਖੇਤ ਖੈ, ਇੱਕ ਹੀ ਬਾਣ ਸੋ ਬਾਲ ਮਾਰੇ। ਤੁਮਰ ਅੱਛਾ ਦਿਓ ਵੇਖ, ਕਹਿੰਦੀ ਬੜੇ ਬੜੇ ਜੋਧੇ ਬੜੇ ਬੜੇ ਬਲੀ, ਭਗਵਾਨ ਰਾਮ ਨੇ ਵੱਡੇ ਵੱਡੇ ਰਾਕਸ਼ਸ ਇੱਕ ਇੱਕ ਬਾਣ ਦੇ ਨਾਲ ਸੰਘਾਰ ਲਏ, ਤੂੰ ਉਹਨਾਂ ਦੇ ਬਲ ਨੂੰ ਨਹੀਂ ਜਾਣਦਾ, ਉਹਨਾਂ ਦੇ ਬਾਹਰ ਸਹਿਜ ਰੂਪ ਵੱਲ ਨਾ ਵੇਖ, ਉਹਨਾਂ ਦੇ ਸਾਧ ਪੁਣੇ ਵੱਲ ਨਾ ਤੱਕ। ਉਹ ਬੜੇ ਬਲੀ ਨੇ, ਬਹਾਦਰ ਨੇ, ਸਾਰੀ ਸ੍ਰਿਸ਼ਟੀ ਦੇ ਮਾਲਕ ਨੇ, ਪਾਲਕ ਨੇ, ਉਹਨਾਂ ਦੇ ਚਰਨਾਂ ਤੇ ਅਜੇ ਵੀ ਝੁੱਕ ਜਾ, ਤੈਨੂੰ ਬਖਸ਼ ਦੇਣਗੇ।
ਰਾਵਣ ਕਹਿੰਦਾ ਕਮਲੀਏ ਸਮਝਦੀ ਕਿਉਂ ਨਹੀਂ, ਮੇਰੇ ਸਿਰ ਤੇ ਚੌਰ ਛੱਤਰ ਜਿਹੜਾ ਉਹ ਚੰਦਰਮਾ ਆਪ ਚਲਾਉਂਦਾ ਵਾ, ਆਣ ਕੇ ਚੌਰ ਚੰਦਰੰ ਕਰੰ ਛੱਤਰ ਸੂਰੰ ਦਰੰ, ਸੂਰਜ ਜਿਹੜਾ ਉਹ ਛੱਤਰ ਲੈ ਕੇ ਖਲੋਤਾ ਰਹਿੰਦਾ ਆਪ, ਜਿਹੜਾ ਦੁਨੀਆਂ ਨੂੰ ਤਪਾਉਂਦਾ ਮੇਰੇ ਸਿਰ ਤੇ ਛਾਂ ਕਰਦਾ। ਚੌਰ ਚੰਦਰੰ ਕਰੰ ਛੱਤਰ ਸੂਰੰ ਦਰੰ, ਵੇਦ ਬ੍ਰਹਮਾ ਰੰਗ ਦੁਆਰ ਮੇਰੇ। ਇਹ ਦਸਵੇਂ ਪਾਤਸ਼ਾਹ ਲਿਖਦੇ ਨੇ ਆਪਣੀ ਕਲਮ ਦੇ ਦੁਆਰਾ, ਬ੍ਰਹਮਾ ਆਪ ਆ ਕੇ ਮੇਰੇ ਦਰਵਾਜ਼ੇ ਤੇ ਵੇਦਾਂ ਦੀਆਂ ਰਿਚਾਂ ਪੜ੍ਹਦਾ, ਵੇਦਾਂ ਨੂੰ ਸੁਣਾਉਂਦਾ ਹੈ। ਪਾਕ ਪਾਵਕ ਕਰੰ ਨੀਰ ਬਰਨੰ ਬਰੰ, ਜਸ਼ ਵਿਦਿਆ ਦਾ ਰੰਗੀਨ ਚਿਹਰੇ। ਵੱਡੇ ਵੱਡੇ ਗੰਧਰਵ ਜਿਹੜੇ ਨੇ ਮੇਰੇ ਚੇਲੇ ਬਣ ਗਏ, ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਨੇ, ਕਿਸੇ ਮਨੁੱਖ ਨੇ ਗੁਰਮੁਖੋਂ ਬੜਾ ਸੁੰਦਰ ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਐਡਾ ਵੱਡਾ ਰਾਵਣ ਦਾ ਪ੍ਰਭਾਵ ਸੀ ਕਿ ਸਾਤੋਂ ਪੌਰ ਬਾਹਰ ਵਿਛਾਉਣਾ ਬਿਨ ਠਾਡੇ ਰਹੇ, ਨਿਆਰੋ ਨਿਆਰੋ ਆਪਣੋ ਜੁਹਾਰ ਪਹੁੰਚਾਵਤੇ। ਵੱਡੇ ਵੱਡੇ ਰਾਜੇ ਖਲੋਤੇ ਰਹਿੰਦੇ ਸੀ ਬੂਹਿਆਂ ਦੇ ਅੱਗੇ, ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਬਿਨਾਂ ਬੁਲਾਉਣ ਤੋਂ ਅੱਗੇ ਆ ਜਾਏ। ਜਹੀ ਕੋ ਬੁਲਾਉ ਸੋ ਆਵਤੋ ਸੁਸੰਕ ਮਾਨ, ਬਿਨਾਂ ਮੇਰੇ ਕਹੇ ਡਿੱਗ ਬੈਠਣੋ ਨਾ ਪਾਵਤੇ। ਤੂੰ ਘਬਰਾਉਣੀ ਕਿਉਂ ਆ ਆਪਣੇ ਪਤੀ ਦੀ ਤਾਕਤ ਨੂੰ ਸ਼ਕਤੀ ਨੂੰ, ਜਾਣਦੀ ਨਹੀਂ ਕਿ ਮੈਂ ਕੀ ਕੁਝ ਦੁਨੀਆਂ ਦੇ ਉੱਤੇ ਸਾਬਤ ਕਰ ਦਿੱਤਾ। ਸ਼ਿਵਜੀ ਮਹਾਰਾਜ ਵਰਗੇ ਮੇਰੀ ਸਹਾਇਤਾ ਕਰਨ ਵਾਲੇ, ਵਰ ਦੇਣ ਵਾਲੇ। ਚੌਰ ਚੰਦਰੰ ਕਰੰ ਛੱਤਰ ਸੂਰੰ ਦਰੰ, ਵੇਦ ਬ੍ਰਹਮਾ ਰੰਗ ਦੁਆਰ ਮੇਰੇ। ਪਾਕ ਪਾਵਕ ਕਰੰ ਨੀਰ ਬਰਨੰ ਬਰੰ, ਜਸ਼ ਵਿਦਿਆ ਦਾ ਰੰਗੀਨ ਚਿਹਰੇ। ਅਰਬ ਖਰਬੰ ਪੁਰੰ ਚਰਬ ਸਰਬੰ ਕਰੇ, ਦੇਖ ਕੈਸੇ ਕਰੋ ਵੀਰ ਕੇ ਤੰਗ। ਚਿੰਕ ਹੈ ਚਿਮ ਚਿੰਕ ਹੈ ਚਾਵੰਡਾ, ਪਿੰਕ ਹੈ ਪਿੰਕਰੀ, ਨਾਚ ਹੈ ਵੀਰ ਪੈਤਾਲ ਪ੍ਰੇਤੰ। ਜਦੋਂ ਮੈਂ ਜੰਗ ਦੇ ਮੈਦਾਨ ਵਿੱਚ ਆਣ ਕੇ ਵੱਢ ਟੁੱਕ ਕੀਤੀ, ਕਿਵੇਂ ਜੋਗਨੀਆਂ ਆਉਂਦੀਆਂ ਖੱਪਰ ਲੈ ਕੇ, ਕਿਸ ਤਰੀਕੇ ਦੇ ਨਾਲ ਭੂਤ ਪੈਤਾਲ ਆਣ ਕੇ ਨਾਚ ਕਰਦੇ ਵੇਖੀ ਜਾਈ। ਅੱਜ ਮੈਂ ਕਿਸੇ ਨੂੰ ਬਖਸ਼ਣਾ ਨਹੀਂ, ਇਹ ਭੁੱਲ ਚੁੱਕ ਕੇ ਮੇਰੇ ਬੂਹੇ ਤੇ ਆ ਤੇ ਗਏ ਨੇ, ਇਹਨਾਂ ਨੂੰ ਪਛਤਾਵਾ ਹੋਏਗਾ। ਇਹ ਆਪਣੀ ਕੀਤੀ ਨੂੰ ਪਛਤਾਉਣਗੇ ਕਿ ਰਾਵਣ ਨਾ ਮੱਤਾ ਕਾਤੋਂ ਲਾ ਲਿਆ। ਮੰਦੋਦਰੀ ਪੱਲਾ ਕਰਕੇ ਅੱਗੇ ਕਹਿੰਦੀ ਵੇ ਸਿਰ ਦਿਆ ਸਾਈਆਂ, ਵੇਖ ਲੋਕ ਵੇਖ, ਵਾਨਰਾਂ ਦੇ ਕੱਦ ਵੇਖ, ਪਹਾੜਾਂ ਪਹਾੜਾਂ ਜਿੱਡੇ, ਉਹ ਤੈਨੂੰ ਇਹਨਾਂ ਨੇ ਬਖਸ਼ਣਾ ਨਹੀਂ ਆ, ਤੂੰ ਮੰਨਦਾ ਕਿਉਂ ਨਹੀਂ ਗੱਲ ਨੂੰ। ਕਹਿੰਦਾ ਇੱਥੇ ਤੂੰ ਕਹੋ ਵਿਚਾਰ, ਕੱਪ ਆਏ ਬੇਸ਼ੁਮਾਰ, ਇਹਨਾਂ ਦੀ ਗੱਲ ਕਰਦੀ ਹੈ ਬੇਸ਼ੁਮਾਰ ਬਾਂਦਰ ਸਾਰੀ ਦੁਨੀਆਂ ਦੇ ਆ ਜਾਣ। ਇੱਥੇ ਤੂੰ ਕਹੋ ਵਿਚਾਰ, ਕੱਪ ਆਏ ਬੇਸ਼ੁਮਾਰ, ਪੌਰ ਕੀ ਅਪਾਰ, ਕਹਾਂ ਲਓ ਗਨਾਉ ਔਰ ਕੇ, ਦੂਨੋ ਕਿਉਂ ਨਾ ਆਵੇ ਸ਼ੋਰ, ਸੌ ਗਨੋ ਮਚਾਵੇਂ, ਤਾਪੇ ਸ਼ਿਵ ਕੀ ਦੁਹਾਈ, ਜੇ ਤੋ ਮੇਰੀ ਏਕ ਦੌੜ ਕੇ। ਇਹਨਾਂ ਦੇ ਵਿੱਚੋਂ ਦੀ ਮੈਂ ਭੱਜ ਕੇ ਇੱਕ ਵਾਰ ਲੰਘ ਗਿਆ, ਇਹਨਾਂ ਨੇ ਉੱਦਾਂ ਹੀ ਦੌੜ ਦੌੜ ਕੇ ਸਮੁੰਦਰ 'ਚ ਛਾਲਾਂ ਮਾਰ ਦੇਣੀਆਂ। ਤਾਪਾ ਏਕ ਮੇਰੀ ਦੌੜ ਕੇ, ਚੱਲ ਜੇ ਕਦੇ ਭੀੜ ਪੈ ਵੀ ਗਈ, ਭੀੜ ਕੇ ਪਰੇ ਤੇ ਕੁੰਭ ਕਾਨ ਹੂੰ ਜਗਾਉ ਜਾਏ, ਤਾਪੈ ਪਛ ਬਾਨਰ ਬਟੌਰਾ ਕੌਰ ਕੌਰ ਕੇ, ਮੈਂ ਆਪਣੇ ਭਰਾ ਨੂੰ ਜਗਾ ਲਾਂਗਾ ਕੁੰਭ ਕਰਨ ਨੂੰ। ਉਹਨੇ ਇਹਨਾਂ ਬਾਂਦਰਾਂ ਨੂੰ ਐਵੇਂ ਖਾ ਜਾਣਾ ਜਿਵੇਂ ਰੋਟੀਆਂ ਪਟਾਰੀ ਵਿੱਚ ਪਾਈ ਦੀਆਂ ਨੇ।
ਪਰ ਜਾਹੂ ਪੇ ਮੇਰੀ ਏਕ ਭੁਜ ਡੰਡ ਕੀ ਪ੍ਰਚੰਡ ਚੋਟ ਲਾਗੈ ਜਿਹਦੇ ਉੱਤੇ ਮੇਰੀ ਇੱਕ ਮੁੱਕੀ ਵੱਜ ਗਈ ਨਾ ਜ਼ੋਰ ਨਾਲ ਜਿਹਦੇ ਸਿਰ ਤੇ ਐਦਾਂ ਟੁੱਟ ਜਾਣਗੇ ਜਿਵੇਂ ਫੂਟ ਜਿਹੇ ਐਸੇ ਜੈਸੇ ਬਾਸਨ ਬਲੌਰ ਕੇ ਜਿਵੇਂ ਕੱਚ ਦਾ ਭਾਂਡਾ ਟੁੱਟ ਜਾਂਦਾ ਉਹ ਕਹਿੰਦਾ ਫੂਟ ਜਿਹੇ ਐਸੇ ਜੈਸੇ ਬਾਸਨ ਬਲੌਰ ਕੇ ਫੂਟ ਜਿਹੇ ਐਸੇ ਜੈਸੇ ਬਾਸਨ ਬਲੌਰ ਕੇ ਗੁਰਮੁਖ ਪਿਆਰੇ ਉਹ ਸਮਾਂ ਆ ਗਿਆ ਗਰੀਬ ਨਵਾਜ ਮਹਾਰਾਜ ਦਾ ਪ੍ਰਤਾਪ ਉਹ ਨਾ ਜਾਣ ਸਕਿਆ ਉਹ ਦਿਨ ਆ ਗਿਆ ਜਦੋਂ ਲੜਨ ਵਾਲਾ ਬਬੀਖਣ ਨੇ ਦੱਸਿਆ ਸਾਹਮਣੇ ਖਲੋ ਕੇ ਮਹਾਰਾਜ ਆਓ ਉਹਦਾ ਮੁੰਡਾ ਹੈ ਰਾਵਣ ਦਾ ਆਓ ਉਹਦਾ ਵਜ਼ੀਰ ਹੈ ਆਓ ਜਿਹਦੀ ਰੱਥ ਤੇ ਚਾਰ ਸੋਨੇ ਦੀਆਂ ਧੁਜਾਵਾਂ ਨੇ ਉਹ ਆਪ ਰਾਵਣ ਤੁਰਿਆ ਆਉਂਦਾ ਹੈ ਗੁਰਮੁਖੋ ਜੰਗ ਸ਼ੁਰੂ ਹੋ ਗਿਆ ਯੁੱਧ ਸ਼ੁਰੂ ਹੋ ਗਿਆ ਤੇ ਜਦੋਂ ਜੰਗ ਹੋਇਆ ਆਪ ਜੀ ਨੂੰ ਪਤਾ ਜੰਗ ਯੁੱਧ ਗੁਰਮੁਖੋ ਜਦੋਂ ਸ਼ੁਰੂ ਹੋ ਗਿਆ ਦਸਵੇਂ ਪਾਤਸ਼ਾਹ ਦਸਮ ਗ੍ਰੰਥ ਵਿੱਚ ਲਿਖਦੇ ਨੇ ਕਹਿੰਦੇ ਜੁੱਟੇ ਵੀਰ ਜੁਟਾਰੇ ਧੱਗਾਂ ਵੱਜੀਆਂ ਵੱਜੇ ਨਾਦ ਕਰਾਰੇ ਦਲਾਂ ਮੁਸਾਹਦਾ ਲੁੱਜੇ ਕਾਰਨ ਆਰੇ ਸੰਗਰ ਸੂਰਮੇ ਦਸਵੇਂ ਪਾਤਸ਼ਾਹ ਦੀ ਗੁਰਮੁਖੋ ਬਾਣੀ ਪੜੋ ਗਰੀਬ ਨਵਾਜ ਜਦੋਂ ਜ਼ਿਕਰ ਕਰਦੇ ਨੇ ਗੁਰਮੁਖੋ ਜੰਗ ਦਾ ਯੁੱਧ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤਾਂ ਇੱਕ ਦ੍ਰਿਸ਼ ਪੇਸ਼ ਕਰਦੇ ਨੇ ਸਾਹਮਣੇ ਹੁੰਦੀ ਜੰਗ ਵਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸੁਣਿਓ ਲੋਕ ਨਾਥੰਗ ਧੁਣੇ ਸਰਬ ਮਾਥੰਗ ਕਰਿਓ ਮਦ ਪਾਣੰਗ ਭਰੇ ਵੀਰ ਮਾਣੰਗ ਰਾਵਣ ਨੇ ਸ਼ਰਾਬ ਪੀਤੀ ਮੱਧ ਦੇ ਵਿੱਚ ਭਰਿਆ ਹੋਇਆ ਲੰਕਾ ਚੋਂ ਰਥ ਬਾਹਰ ਕੱਢਦਾ ਕੱਢਦਾ ਆਕਾਸ਼ ਵੱਲ ਵੇਖ ਕੇ ਆਪਣੇ ਰਥਵਾਨ ਨੂੰ ਕਹਿੰਦਾ ਭਰਾਵਾ ਇੱਕ ਵਾਰ ਖਲੋ ਜਾ ਮੈਨੂੰ ਦੋ ਤਿੰਨ ਗੱਲਾਂ ਕਰ ਲੈਣ ਦੇ ਉਹਨੇ ਖਲਾਰਿਆ ਆਕਾਸ਼ ਵੱਲ ਵੇਖ ਕੇ ਕਹਿੰਦਾ ਜੰਬਕ ਗੀਜਨ ਸੋ ਕਹਿ ਰਾਵਣ ਮੋਹ ਬਿਨਤੀ ਸੁਣ ਲੇਹ ਰਬਈਓ ਉੱਡਣ ਵਾਲੀਓ ਗਿਰਜੋ ਕਾਵੋ ਮਾਸ ਖਾਣ ਵਾਲੇ ਪੰਛੀਓ ਮੇਰੀ ਗੱਲ ਸੁਣ ਲਿਓ ਚੌਂਪ ਸੋ ਜਾਏ ਲੜੋ ਸੀਆ ਕੇ ਹਿਤ ਨਚੀਤ ਹੋਵੇ ਮੇਰੋ ਮਾਸ ਅਗਈਓ ਮੈਂ ਚੱਲਿਆ ਲੜਨ ਵਾਸਤੇ ਜੇ ਕਿਤੇ ਲੜਦਾ ਲੜਦਾ ਮਰ ਗਿਆ ਨਿਸ਼ਚਿੰਤ ਹੋ ਕੇ ਮੇਰਾ ਮਾਸ ਖਾ ਲਿਓ ਡਰਿਓ ਨਾ ਪਰ ਇੱਕ ਗੱਲ ਦਾ ਚੇਤਾ ਰੱਖਿਓ ਘਸੀਟਤ ਰਾਮ ਕੀ ਔਰ ਉਡੋ ਲੇ ਘਸੀਟਤ ਲੰਕ ਕੀ ਔਰ ਨਾ ਜਾਈਓ ਮੇਰੀਆਂ ਬੋਟੀਆਂ ਨੂੰ ਲੈ ਕੇ ਰਾਮ ਦੇ ਵੱਲ ਹੀ ਉੱਡ ਜਾਇਓ ਮੇਰੇ ਦੁਸ਼ਮਣ ਵੱਲ ਹੀ ਉੱਡ ਜਾਇਓ ਕਿਤੇ ਲੰਕਾ ਨੂੰ ਲੈ ਕੇ ਨਾ ਆ ਜਾਇਓ ਕੋਈ ਇਹ ਨਾ ਆਖੇ ਕਿ ਰਾਵਣ ਪਛਾਣ ਨੂੰ ਮੁੜ ਗਿਆ ਮੈਂ ਅੱਗੇ ਦਾ ਅੱਗੇ ਵਧਣਾ ਚਾਹੁੰਦਾ ਗੁਰਮੁਖੋ ਇਹ ਉਹਦੀ ਬਹਾਦਰੀ ਹੈ ਪਰ ਨਾਲ ਔਗਣ ਵੀ ਹਨ ਬਹਾਦਰੀ ਬੰਦੇ ਨੂੰ ਜਿਹੜੀ ਤਾਕਤ ਸ਼ਕਤੀ ਹੈ ਉਹ ਹੰਕਾਰੀ ਬਣਾ ਦਿੰਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੇ ਤਾਕਤ ਦੇ ਹੁੰਦਿਆਂ ਹੋਇਆਂ ਬੰਦਾ ਨਿਰਮਾਣ ਹੋਵੇ ਗੁਰਮੁਖੋ ਸਮਝ ਲਓ ਕਿ ਉਹ ਰੱਬ ਦਾ ਰੂਪ ਹੈ ਇਹ ਬੜੀ ਵੱਡੀ ਗੱਲ ਹੈ ਜਦੋਂ ਵੀ ਕਿਸੇ ਕੋਲ ਤਾਕਤ ਆਈ ਜਦੋਂ ਵੀ ਸ਼ਕਤੀ ਆਈ ਉਹ ਹੰਕਾਰੀ ਬਣ ਗਿਆ ਪਰ ਤਾਕਤ ਦਸਵੇਂ ਪਾਤਸ਼ਾਹ ਦੇ ਕੋਲ ਵੀ ਸੀ ਤਾਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕਰ ਕਮਲਾਂ ਵਿੱਚ ਵੀ ਸੀ
ਪਰ ਗੁਰਮਖੋ ਨਿਮਰਤਾ ਦੇ ਪੁੰਜ ਸਤਿਗੁਰੂ ਸਾਹਿਬਾਨ ਨੇ ਇਹ ਦੁਨੀਆਂ ਨੂੰ ਸੰਦੇਸ਼ ਦਿੱਤਾ। ਭਗਵਾਨ ਰਾਮ ਚੰਦਰ ਨੇ ਦੁਨੀਆਂ ਨੂੰ ਸੁਨੇਹਾ ਦਿੱਤਾ ਕਿ ਤਾਕਤ ਦੇ ਨਾਲ ਵੀ ਨਿਰਮਾਣਤਾ ਰੱਖਣੀ ਇਹ ਰੱਬ ਦੇ ਲਾਗੇ ਗੁਣ ਪਹੁੰਚਾ ਦਿੰਦਾ, ਇਹਦੇ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਰਾਵਣ ਗਿਆ ਗੁਰਮਖੋ ਲੜਨ ਵਾਸਤੇ, ਵੇਖਿਆ ਸਾਹਮਣੇ ਦਸਵੇਂ ਪਾਤਸ਼ਾਹ ਜੀ ਲਿਖਦੇ ਨੇ, ਭਗਵਾਨ ਰਾਮ ਚੰਦਰ ਜੀ ਖਲੋਤੇ ਹੋਏ ਸਨ, ਜੰਗ ਯੁੱਧ ਹੋ ਰਿਹਾ ਸੀ ਬੜਾ ਜ਼ਿਆਦਾ, ਜੰਗ ਦਾ ਮੈਦਾਨ ਲਹੂ ਮਿੱਜ ਦੇ ਨਾਲ ਭਰਿਆ ਪਿਆ ਸੀ, ਤੜਪਦੇ ਪਏ ਸਨ, ਸੂਰਮੇ ਮਰੇ ਪਏ ਸੀ, ਲੋਤਾਂ ਦੇ ਢੇਰ ਸਨ। ਬਵੀਖਣ ਲਾਗੇ ਖਲੋਤਾ ਹੋਇਆ, ਕਹਿੰਦੇ ਜਦੋਂ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਨਾ ਬਵੀਖਣ ਨੂੰ ਕਿ ਜਾ ਤੈਨੂੰ ਰਾਜ ਦਿੱਤਾ, ਲਾਗੋਂ ਸੁਗਰੀਵ ਨੇ ਆਖਿਆ ਮਹਾਰਾਜ ਰਾਜ ਤੁਸੀਂ ਲਿਆ ਨਹੀਂ, ਲੰਕਾ ਜਿੱਤੀ ਨਹੀਂ, ਰਾਜ ਪਹਿਲਾਂ ਹੀ ਇਹਨੂੰ ਦੇ ਦਿੱਤਾ, ਜੇ ਨਾ ਲੰਕਾ ਜਿੱਤੀ ਗਈ ਤੇ ਤੁਹਾਡੇ ਬਚਨ ਦਾ ਕੀ ਬਣੇਗਾ। ਭਗਵਾਨ ਰਾਮ ਨੇ ਆਖਿਆ ਮੈਂ ਬਚਨ ਕੀਤਾ, ਜੇ ਨਾ ਮੇਰੇ ਕੋਲੋਂ ਜਿੱਤਿਆ ਗਿਆ ਤੇ ਮੈਂ ਅਯੁੱਧਿਆ ਦਾ ਰਾਜ ਇਹਨੂੰ ਦੇ ਦਿਆਂਗਾ, ਮੈਂ ਆਪਣੇ ਬਚਨ ਤੋਂ ਨਹੀਂ ਫਿਰਦਾ। ਗੁਰਮਖੋ ਸਾਹਮਣੇ ਦੇਖਿਆ ਰਾਵਣ ਨੂੰ, ਰਾਵਣ ਕੋ ਰਘੂ ਰਾਜ ਜਬੈ ਰਣ ਮੰਡਲ ਆਵਤ ਮਦ ਨਿਹਾਰਿਓ, ਤੇ ਬੀਸ ਸਿਲਾ ਸਿਤ ਸਾਇਕ ਲੈ ਕਬ ਕੋਪ ਬਡੋ ਔਰ ਮਦ ਪਰਹਾਰਿਓ। ਸਿਲਾ ਦੇ ਉੱਤੇ ਤੀਰ ਹੋਰ ਤਿੱਖੇ ਕਰਕੇ ਘਸਾ ਕੇ ਮਹਾਰਾਜ ਨੇ ਉਹਦੀ ਛਾਤੀ ਚ ਆਉਂਦਿਆਂ ਸਾਰੀ ਕਹਿੰਦੇ ਤੀਰ ਮਾਰੇ, ਪਤਾ ਹੀ ਨਹੀਂ ਲੱਗਾ ਰਾਵਣ ਨੂੰ ਕਿ ਕਿੱਥੋਂ ਤੀਰ ਆਏ, ਕਿੰਨੀ ਛੇਤੀ ਆਏ। ਜਦੋਂ ਏਦਾਂ ਮਹਾਰਾਜ ਨੇ ਪ੍ਰਹਾਰ ਕੀਤਾ, ਭੇਦ ਚਲੇ ਮਰਮ ਸਥਲ ਕੋ ਸਰ ਸਰੋਣ ਨਦੀ ਸਰ ਵਿੱਚ ਪਖਾਰੇ ਹੋ, ਐਦਾਂ ਹੋ ਗਿਆ ਰਾਵਣ ਜਿਵੇਂ ਲਹੂ ਦੀ ਨਦੀ ਵਿੱਚ ਨਹਾਤਾ ਹੋਵੇ, ਜਿਵੇਂ ਲਹੂ ਦੀ ਨਦੀ ਚ ਕਿਸੇ ਨੇ ਇਸ਼ਨਾਨ ਕਰ ਲਿਆ ਹੁੰਦਾ। ਆਗੇ ਹੀ ਰਿੰਗ ਚਲਿਓ ਹੱਟ ਕੈ ਭੱਟ ਧਾਮ ਕੋ ਭੂਲ ਨਾ ਨਾਮ ਉਚਾਰਿਓ। ਦਸਵੇਂ ਪਾਤਸ਼ਾਹ ਕਹਿੰਦੇ ਨੇ ਪਰ ਪਿੱਛੇ ਨੂੰ ਨਹੀਂ ਉਹ ਮੁੜਿਆ, ਸੂਰਮਾ ਸੀ ਜੋਧਾ ਸੀ ਭੱਟ ਲਿਖਿਆ, ਕਹਿੰਦੇ ਅੱਗੇ ਨੂੰ ਹੀ ਵੱਧਦਾ ਗਿਆ, ਲਹੂ ਦੇ ਨਾਲ ਭਾਵੇਂ ਨਹਾਤਾ ਗਿਆ, ਘਰ ਦਾ ਨਾਮ, ਲੰਕਾ ਦਾ ਨਾਮ, ਪਿੱਛੇ ਮੁੜਨ ਦਾ ਨਾਮ, ਰਤਾ ਜਿੰਨਾ ਉਹਨੇ ਆਪਣੀ ਜ਼ਬਾਨ ਤੇ ਨਾ ਲਿਆਂਦਾ। ਗੁਰਮਖੋ ਦਸਵੇਂ ਪਾਤਸ਼ਾਹ ਨੇ ਇਹ ਬਾਣੀ ਲਿਖੀ, ਰਾਵਣ ਦਾ ਅੰਤ ਸਮਾਂ ਆ ਗਿਆ, ਧਰਤੀ ਤੇ ਡਿੱਗ ਪਿਆ। ਹਨੂੰਮਾਨ ਦਾ ਨਾਟਕ ਦਾ ਕਰਤਾ ਇੱਕ ਗੱਲ ਬੜੀ ਵੱਡੀ ਆਖਦਾ ਕਿ ਰਾਵਣ ਵਿਦਵਾਨ ਤੇ ਹੈਗਾ ਹੀ ਸੀ, ਸ਼ਿਵਜੀ ਦੀ ਉਸਤਤ ਕਰਦਿਆਂ ਜੋ ਉਹਨੇ ਗੁਰਮਖੋ ਸਤੋਤਰ ਲਿਖੇ ਉਸਤਤ ਕੀਤੀ, ਅੱਜ ਤੱਕ ਦੁਨੀਆਂ ਤੇ ਉਸਦਾ ਕੋਈ ਤੋੜ ਜੋੜ ਨਹੀਂ ਮਿਲਦਾ। ਹਨੂੰਮਾਨ ਨਾਟਕ ਵਿੱਚ ਲਿਖਿਆ ਕਿ ਮਰਨ ਲੱਗੇ ਰਾਵਣ ਨੇ ਇੱਕ ਗੱਲ ਆਖੀ ਭਗਵਾਨ ਰਾਮ ਨੂੰ ਮੁਖਾਤਬ ਹੋ ਕੇ ਕਿ ਐਵੇਂ ਨਾ ਸਮਝੀ ਕਿ ਮੈਂ ਢੋਲ ਵਜਾ ਕੇ ਲੜ ਕੇ ਮੈਨੂੰ ਮਾਰ ਕੇ ਤੇ ਸੀਤਾ ਨੂੰ ਲੈ ਚੱਲਿਆਂ, ਐਡੀ ਸੌਖੀ ਨਹੀਂ ਤੈਨੂੰ ਸੀਤਾ ਦਿੱਤੀ। ਭੂਲ ਹੂੰ ਕੇ ਰਾਮ ਚੰਦ ਐਸੀ ਜਿਨ ਜਾਨੋ ਕੇ ਮੈਂ ਰਾਵਣ ਤੇ ਜਾਨ ਕੀ ਬਜਾਏ ਢੋਲ ਲੀਨੀ ਹੈ। ਇਹ ਨਾ ਆਖੀ ਕਿ ਢੋਲ ਵਜਾ ਕੇ ਲੜ ਕੇ ਜਿੱਤ ਕੇ ਸੀਤਾ ਲੈ ਚੱਲਿਆ, ਔਰ ਜਿਨ ਜਾਨੋ ਕੇ ਮੈਂ ਬੜੀ ਟਕਰਾਈ ਮਿਲੇ ਤੇ ਤਾਂ ਕੇ ਭਾਈ ਕੀ ਬਣਾਏ ਲੰਕ ਕਿੰਨੀ ਹੈ।
ਕਿ ਚੁੱਪ ਕਰਕੇ ਹੀ ਬਭੀਖਣ ਨੂੰ ਜਿਹੜੀ ਆ ਉਹ ਲੰਕਾ ਦੇ ਦਿੱਤੀ ਹੈ। ਕਿਨੋਂ ਹੈ ਬਭੀਖਣ ਕੋ ਬਡੋਈ ਉਪਕਾਰ ਤਾਂ ਹੈ, ਐਸੋ ਜਸ ਜੀਨੋ ਜਾਂ ਤੇ ਰਾਮ ਕਥਾ ਚੀਨੀ ਹੈ। ਮੈਂ ਸਮਝਦਾ ਮੇਰੇ ਭਰਾ ਨੇ ਪਰ ਉਪਕਾਰ ਕੀਤਾ ਬਭੀਖਣ ਨੇ ਮੇਰੇ ਤੇ, ਇਹ ਬੜਾ ਵੱਡਾ ਉਹਦਾ ਉਪਕਾਰ ਹੈ। ਕਿਹੜਾ ਉਪਕਾਰ ਹੈ? ਉਹ ਕਹਿੰਦਾ ਸੋ ਤੋ ਜੈਸੀ ਮੈਂ ਹੂੰ ਕੀਨੀ ਭਲੀ ਭਾਂਤ ਜੋਰਾ ਵਾਰੀ। ਇਹ ਮੈਂ ਜੋਰਾ ਵਾਰੀ ਕੀਤੀ ਅਜੇ ਵੀ ਭਗਵਾਨ ਰਾਮ ਤੇਰੇ ਉੱਤੇ, ਮੇਰਾ ਅਜੇ ਵੀ ਹੱਥ ਉੱਤੇ ਰਹਿ ਗਿਆ, ਮੇਰਾ ਅਜੇ ਵੀ ਜ਼ੋਰ ਸਾਬਤ ਰਹਿ ਗਿਆ। ਪਹਿਲੇ ਮੁਕਤੀ ਲੀਨੀ ਪਾਛੇ ਸੀ ਆਦੀਨੀ ਹੈ, ਪਹਿਲਾਂ ਮੈਂ ਤੇਰੇ ਕੋਲੋਂ ਮੁਕਤੀ ਲਈ ਹੈ, ਬਾਅਦ ਵਿੱਚ ਮਹਾਰਾਜ ਤੈਨੂੰ ਸੀਤਾ ਦਿੱਤੀ ਹੈ। ਗੁਰਮੁਖੋ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ ਸਤਿਗੁਰੂ ਮੁਕਤੀ ਦਾ ਦਾਤਾ ਦੁਨੀਆਂ ਦੇ ਉੱਤੇ, ਗੁਰੂ ਤੋਂ ਬਿਨਾਂ ਗੁਰਮੁਖੋ ਕੋਈ ਮੁਕਤੀ ਨਹੀਂ ਦੇ ਸਕਦਾ, ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਮਹਾਰਾਜ ਗੁਰਬਾਣੀ ਵਿੱਚ ਵੀ ਲਿਖਦੇ ਨੇ ਕਿ ਬੜਾ ਸੰਸਾਰ ਹੈ ਕਰਮਾਂ ਵਿੱਚ ਬੱਝਾ ਹੋਇਆ, ਸਾਰਾ ਸੰਸਾਰ ਹੈ ਵਿਸ਼ਿਆਂ ਵਕਾਰਾਂ ਦੇ ਵਿੱਚ ਗਰਸਿਆ ਹੋਇਆ, ਪਰ ਗੁਰਮੁਖੋ ਗੁਰਬਿਨ ਮੋਖ ਮੁਕਤ ਕਿਉਂ ਪਾਈਐ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ, ਬਿਨ ਗੁਰ ਰਾਮ ਉਦਕ ਕਿਉਂ ਰਾਮ ਨਾਮ ਕਿਉਂ ਧਿਆਈਐ, ਗੁਰਮਤ ਲੇਹੁ ਤਰੋ ਪਵ ਦੁੱਤਰ ਮੁਕਤ ਭੈ ਸੁਖ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖੋ ਮੁਕਤੀ ਮਿਲਦੀ ਹੈ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਉਹ ਸਮੇਂ ਦਾ ਜਿਹੜਾ ਚੱਕਰ ਹੈ, ਜਿਹੜਾ ਕਦੇ ਰਮਾਇਣ ਦੇ ਇਤਿਹਾਸ ਵਿੱਚ ਲਿਖਿਆ, ਉਹ ਜਿਹੜੇ ਉਹਦੇ ਪਾਤਰ ਸਨ, ਅੱਜ ਵੀ ਸੀਤਾ ਨੂੰ ਹਰਿਆ ਜਾਂਦਾ, ਅੱਜ ਵੀ ਵਿਸ਼ੇ ਵਿਕਾਰਾਂ ਨਾਲ ਮਨ ਭਰੇ ਨੇ, ਅੱਜ ਵੀ ਮਨਾਂ ਵਿੱਚ ਹੰਕਾਰ ਹੈ। ਪਰ ਅਫਸੋਸ ਦੀ ਗੱਲ ਹੈ, ਦੁਸਹਿਰਾ ਕਦੇ ਨਹੀਂ ਸਾਡੇ ਅੰਦਰ ਆਇਆ, ਅਸੀਂ ਆਪਣੇ ਮਨ ਦੇ ਔਗਣਾ ਭਰੇ ਰਾਵਣ ਨੂੰ ਕਦੇ ਨਹੀਂ ਜਲਾਇਆ। ਇਹ ਵੱਡੀ ਗੱਲ ਹੈ। ਮੁੜ ਕੇ ਰਾਮ ਭਗਵਾਨ ਇਸ ਹਿਰਦੇ ਵਿੱਚ ਆਉਂਦੇ ਨੇ, ਉਹ ਜਿਹੜਾ ਪ੍ਰਭੂ ਪ੍ਰੀਤਮ ਹੈ ਉਹ ਆਉਣ ਨੂੰ ਤਿਆਰ ਬੈਠਾ, ਪਰ ਆਪਣੇ ਮਨ ਦੀ ਹਿਰਦੇ ਦੀ ਸੇਜਾਂ ਨੂੰ ਤਿਆਰ ਕਰ। ਗੁਰਮੁਖੋ ਗਰੀਬ ਨਵਾਜ ਕਹਿੰਦੇ ਨੇ ਸਤਿਗੁਰ ਬਾਜੋ ਮੁਕਤ ਕਨੇਹੀ, ਉਹ ਆਦ ਜੁਗਾਦੀ ਰਾਮ ਸਨੇਹੀ, ਦਰਗਾਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗਣ ਕੀਨਾ ਹੈ। ਔਗਣਾ ਕੀਤਿਆਂ ਹੋਇਆਂ ਨੂੰ ਉਹ ਬਖਸ਼ਣ ਹਾਰਾ ਸੱਜਣਾ। ਅੱਜ ਦੁਸਹਿਰੇ ਦਾ ਦਿਨ ਜਿਵੇਂ ਮਨਾਇਆ ਜਾ ਰਿਹਾ, ਆਪਣੇ ਹਿਰਦੇ ਦੇ ਔਗਣਾਂ ਨੂੰ ਮੁਕਾ ਦੇ, ਸਮਾਪਤ ਕਰ ਦੇ। ਆਓ ਮੈਂ ਧਾਰਨ ਪੜ ਕੇ ਇੱਥੇ ਸਮਾਪਤੀ ਕਰ ਦਿੱਤੀ। ਓ ਜੀ ਬੰਧਨ ਕਾਟ, ਹਾਂਜੀ ਬੰਧਨ ਕਾਟ ਮੁਕਤ ਗੁਰ ਕੀਨਾ, ਬੰਧਨ ਕਾਟ ਮੁਕਤ ਗੁਰ ਕੀ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ।